Thank you.
ਜਿਹੜਾ ਇਤਿਹਾਸ ਹੈ ਇਸ ਸਥਾਨ ਦਾ ਹਿਸਟੋਰੀਕਲ ਜਿਹੜਾ ਐਵੀਡੈਂਸ ਹੈ ਇਹਦੇ ਬਾਰੇ ਥੋੜ੍ਹੀ ਜਿਹੀ ਬੇਨਤੀ ਕਰਨੀ ਹੈ। ਇਹ ਇੱਕ ਇਤਿਹਾਸਿਕ ਸਥਾਨ ਜਿਹਦਾ ਨਾਂ ਸ਼ਹੀਦ ਨਗਰ ਗੁਰਦੁਆਰਾ ਕੋਟਾ ਹੋਇਆ, ਇਹਦਾ ਨਾਮ ਗੁਰਦੁਆਰਾ ਕੋਟਾ ਕਿਉਂ ਪਿਆ, ਇਹਦਾ ਪਿਛੋਕੜ ਕੀ ਹੈ, ਥੋੜ੍ਹੇ ਮਤਲਬ ਮੈਂ ਆਪ ਨੂੰ ਬੇਨਤੀ ਕਰਨੀ ਹੈ ਕਿ ਜਿਸ ਵੇਲੇ 1740 ਵਿੱਚ 18ਵੀਂ ਸ਼ਤਾਬਦੀ ਸੀ ਔਰ ਖਾਸ ਕਰਕੇ ਸਿੱਖਾਂ ਦੇ ਉੱਪਰ ਜ਼ਬਰ ਹੁਕਾਈ ਜਾਂਦੀ ਹੈ, ਜਦੋਂ ਕਿਸ ਵਾਸਤੇ ਆਉਂਦਾ ਸੀ, ਲਾਹੌਰ ਦਾ ਜਿਹੜਾ ਗਵਰਨਰ ਸੀ ਖਾਨ ਬਹਾਦਰ ਜ਼ਕਰੀਆ ਖਾਨ, ਉਸਨੇ ਉਹਦੇ ਇਲਾਕੇ 'ਚੋਂ ਅਫਗਾਨ ਦੇ ਇਲਾਕੇ 'ਚੋਂ ਹਿੰਦੁਸਤਾਨ ਦੇ ਵਿੱਚ ਆਉਣਾ, ਹਿੰਦੁਸਤਾਨ ਕਾਰਨ ਆਇਆ ਸੋਨਾ ਚਾਂਦੀ, ਇੱਥੇ ਤੱਕ ਜਿਹੜੀਆਂ ਹਿੰਦੁਸਤਾਨ ਦੀਆਂ ਬਹੁਤ ਬੇਟੀਆਂ ਸਨ ਉਹਨਾਂ ਦੇ ਵੀ ਪੱਤ ਲੈ ਕੇ ਚੀਜ਼ ਲੈ ਕੇ ਚਲੇ ਜਾ ਰਹੇ। ਔਰ ਜਿਸ ਵੇਲੇ ਗੁਰੂ ਕੇ ਖਾਲਸਾ ਨੇ ਗੁਰੂ ਦੀਆਂ ਪੂਜਾ ਨੇ ਗੁਰੂ ਕੇ ਸਿੱਖਾਂ ਨੇ ਇਹ ਸਭ ਕੁਝ ਵੇਖਿਆ ਕਿ ਉਸਦਾ ਟਾਕਰਾ ਟਾਕਰਾ ਕਰਕੇ ਬੱਚੀਆਂ ਸਨ, ਇਸਤਰੀਆਂ ਸਨ, ਮੁੰਡਾਵਾਂ ਭੈਣਾਂ ਸਨ, ਉਹਨਾਂ ਨੂੰ ਵੀ ਉਹਨਾਂ ਦੇ ਘਰੇ ਬੜਾ ਸਹੀ ਸਲਾਮਤ ਜਿਹੜਾ ਉਹਨੇ ਘਰੇ ਪਹੁੰਚਾਇਆ, ਉਹਨਾਂ ਦੇ ਇੱਜ਼ਤ ਅਤੇ ਪੜ ਰੱਖੀ। ਜਿਸ ਵੇਲੇ ਖਾਸ ਬਹਾਦਰ ਨੱਚੀਏ ਖਾਲੀ ਪਤਾ ਲੱਗਿਆ ਕਿ ਕੌਮ ਕੌਮ ਜਿਹੜਾ ਮੁਕਾਬਲਾ ਕਰਨ ਵਾਲੇ ਨੇ ਸਨ, ਉਹਨਾਂ ਦਾ ਮੁਕਾਬਲਾ ਕਰ ਨਹੀਂ ਸਕਦਾ, ਉਹਨੇ ਕਿਹਾ ਪੜਤਾਲ ਕੀਤੀ ਜਾਵੇ, ਪੜਤਾਲ ਕੀਤੀ ਗਈ, ਇਹ ਪਤਾ ਲੱਗਿਆ ਕਿ ਗੁਰੂ ਨਾਨਕ ਦੇ ਸਿੱਖ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਨੇ, ਇਹਨਾਂ ਨੇ ਸਾਡਾ ਟਾਕਰਾ ਕੀਤਾ, ਉਹਨਾਂ ਨੇ ਹੁਕਮ ਕਰਤਾ ਕਿ ਇਹਨਾਂ ਨੂੰ ਬੰਦਿਆ ਜਾਵੇ, ਇਹਨਾਂ ਨੂੰ ਮਾਰਿਆ ਜਾਵੇ, ਇਹਨਾਂ ਦੇ ਘਰ ਘਰ ਖਤਮ ਕਰੇ ਜਾਣ, ਇਹਨਾਂ ਨੂੰ ਜਿਹੜਾ ਇੱਥੋਂ ਦੇਸ਼ ਨਿਕਾਲਾ ਦਿੱਤਾ ਜਾਵੇ। ਐਸੀ ਅਵਸਥਾ ਦੇ ਵਿੱਚ ਜਿਹੜਾ ਲਾਹੌਰ ਦਾ ਜਾਂ ਅਫਗਾਨ ਦਾ ਇਲਾਕਾ ਸੀ ਉੱਧਰ ਇਹ ਜ਼ੁਲਮ ਬਹੁਤ ਵੱਧ ਗਏ। ਉਸ ਤੋਂ ਬਾਅਦ ਜਿਹੜਾ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਪੰਜਾਬ ਇਲਾਕਾ ਪੈਂਦਾ, ਪੰਜਾਬ ਸਟੇਟ ਪੈਂਦੀ ਹੈ, ਇਹਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਪਵਿੱਤਰ ਸਥਾਨ ਜਿੱਥੇ ਧੰਨ ਗੁਰੂ ਰਾਮਦਾਸ ਨਾਮ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਸਥਾਨ ਨੂੰ ਆਬਾਦ ਕੀਤਾ, ਇਹਨੂੰ ਬਣਾਇਆ, ਆ ਕੇ ਇੱਥੇ ਮੱਥਾ ਟੇਕਣ, ਆਪਣੀ ਆਸ ਪਾਸ ਸ਼ਰਧਾ ਭਾਵਨਾ ਦੇ ਨਾਲ ਕੋਸ਼ਿਸ਼ ਕਰਨੀ ਹੈ।